तुसी देख रहे हो पंजाबी माजा न्यूज चैनल पिखी विंटो कैमरामैन कवलजीत दे नाल हरमन वादी खास रिपोर्ट। ਨਾਮ ਹੈ ਆਪਣਾ ਰਮਨਦੀਪ ਵੀਰ। ਇਹ ਜਿਹੜਾ ਤੁਸੀਂ ਮੰਜੇ ਤੇ ਪਏ ਕੀ ਕਾਰਨ ਹੈ? ਇਹ ਵੀਰ 8 ਸਾਲ ਹੋ ਗਏ ਆ, ਬੱਚੇ ਹੋਏ ਤੋਂ 8 ਸਾਲ ਹੋ ਗਏ ਮੰਜੇ ਤੇ ਪਈ ਨੂੰ, ਪਤਾ ਨਹੀਂ ਲੱਗਦਾ ਕੀ ਸਮਝ ਰੋਗ ਦਾ। ਤੇ ਡਾਕਟਰੀ ਇਲਾਜ ਵਗੈਰਾ ਕਰਵਾਇਆ ਕੋਈ ਦੱਸਿਆ ਨਹੀਂ ਡਾਕਟਰਾਂ ਨੇ? ਨਾ ਕੁਛ ਨਹੀਂ ਦੱਸਿਆ ਵੀਰ, ਗਰੀਬਾਂ ਘਰਾਂ 'ਚ ਇਲਾਜ ਨਹੀਂ ਹੋਇਆ ਚੱਜ ਦਾ। ਤੇ ਘਰ ਵਾਲਾ ਦਿਹਾੜੀਦਾਰ ਬੰਦਾ ਹੈ, ਉਹਨਾਂ ਕੋਲ ਲਿਆਉਂਦਾ ਤੇ ਉਹਨਾਂ ਕੋਲ ਮਤਲਬ ਘਰ ਦਾ ਖਰਚਾ ਹੁੰਦਾ। ਕਿੱਥੇ ਵਿਆਹੇ ਕਿੱਥੇ ਜੋ ਤੁਸੀਂ? ਅਸੀਂ ਅਮਰਕੋਟ ਵਿਆਹੇ ਮੇਰੇ। ਤੇ ਇਹ ਤੁਹਾਡਾ ਜਿਹੜਾ ਉਹ ਪੇਕੇ ਪਿੰਡ ਹੈ? ਹਾਂਜੀ ਹਾਂਜੀ, ਪੇਕੇ ਪਿੰਡ ਰਹਿੰਦੇ। ਤੇ ਕਿਸ ਤਰ੍ਹਾਂ ਜਿਹੜੇ ਤੁਹਾਡੇ ਘਰ ਦਾ ਗੁਜ਼ਾਰਾ ਚੱਲਦਾ ਹੈ? ਗੁਜ਼ਾਰਾ ਵੀ ਇਸ ਤਰ੍ਹਾਂ ਮਾੜਾ ਚੰਗਾ ਚੱਲਦਾ ਜਾਂਦਾ ਦਿਹਾੜੀ ਦਾ ਪੈ ਤਾਂ। ਤਾਂ ਇਹ ਇਲਾਜ ਤੋਂ ਰਹਿ ਗਈ ਮੇਰੇ। ਤੇ ਜਿਹੜਾ ਤੁਹਾਡੇ ਪਿੰਡ ਦਾ ਇੱਥੋਂ ਦਾ ਸਰਪੰਚ ਵਗੈਰਾ, ਉਹਨੇ ਤੁਹਾਡੀ ਕੋਈ ਮਦਦ ਵਗੈਰਾ ਨਹੀਂ ਕੀਤੀ? ਨਾ ਵੀਰੇ, ਅਜੇ ਤੱਕ ਕੋਈ ਮਦਦ ਨਹੀਂ ਕੀਤੀ। ਮੰਗ ਕੀ ਕਰਦੇ ਜੋ ਤੁਸੀਂ? ਮੰਗ ਵੀਰੇ ਕੋਈ, ਮੈਂ ਗਰੀਬਣੀ ਆ, ਚਾਹੇ ਕੋਈ ਮੇਰੀ ਸਹਾਇਤਾ ਕਰ ਦੋ ਤੇ ਕੋਈ ਇਲਾਜ ਕਰਾ ਦੇ, ਕੋਈ ਮੇਰੇ ਬੱਚੇ ਛੋਟੇ ਛੋਟੇ। ਹਾਂਜੀ ਮਾਤਾ, ਕੀ ਨਾਮ ਹੈ ਆਪਣਾ? ਮੇਰਾ ਨਾਮ ਕਸ਼ਮੀਰ ਕੌਰ। ਇਹ ਜਿਹੜੀ ਲੜਕੀ ਜਿਹੜੀ ਆ ਪਈ ਆ ਮੰਜੀ ਦੇ ਉੱਤੇ, ਕੀ ਲੱਗਦੀ ਆ ਆਪਣੀ? ਇਹ ਮੇਰੀ ਗੁੱਡੀ ਆ। ਕੀ ਗੱਲ ਹੈ ਇਹਨਾਂ ਨੂੰ? ਇਹਨਾਂ ਨੂੰ ਹੋ ਗਏ 8-7 ਸਾਲ ਹੋ ਗਏ ਵੀ ਇਹਨੂੰ ਮੰਜੇ ਤੇ ਪਈ ਨੇ, ਬੱਚੇ ਹੀ ਹੋਏ ਦੋਵੇਂ ਤੇ ਪਰੇਸ਼ਨਾਂ ਨਾਲ ਹੀ ਹੋਏ ਆ। ਤੇ ਗੱਲ ਅੱਜ ਖੁੜਾ ਵਿਚਾਰੀ ਹੈਗੀ। ਜਿਹੜੇ ਜਿਹੜਾ ਤੁਹਾਡਾ ਜਵਾਈ ਆ, ਕੀ ਕੰਮ ਕਾਰ ਕਰਦਾ? ਦਿਹਾੜੀ ਕਰਦਾ ਵਾ। ਤੇ ਇਲਾਜ ਵਗੈਰਾ ਤੁਸੀਂ ਇਹਦਾ ਕਿੰਨਾ ਕੁ ਕਰਵਾ ਚੁੱਕੇ ਜੋ? ਇਲਾਜ ਅਸੀਂ ਵਿਚਾਰੇ ਸਰ ਤੋਂ ਕਰਾਇਆ ਹੀ ਨਹੀਂ ਗਿਆ ਗਰੀਬਾਂ 'ਚ। ਤੇ ਮੰਗ ਮੇਰੀ ਦੋ ਤੇ ਅੱਜ ਮੇਰੀ ਧੀ ਉੱਠ ਖਲੋਵੇ ਤੇ ਮੈਂ ਵੀ ਆਪਦੇ ਸਿਰ ਤੋਂ ਭਾਰਾ ਲਾਵਾਂ, ਵੀ ਮੇਰੇ 'ਤੇ ਬੋਝ ਬੜਾ ਮੇਰੇ ਸਿਰ 'ਤੇ, ਤੇ ਮੈਂ ਇਸ ਤਰ੍ਹਾਂ ਕਰਦੀ ਕੰਮ ਪਿੰਡ 'ਚ ਲੈਦਾ ਆਪਦਾ ਗੁਜ਼ਾਰਾ ਕਰਾਉਣੀ ਇਹਨਾਂ ਨਾਲ ਵਿਚਾਰਿਆਂ ਨਾਲ। ਤੇ ਇਕੱਲੇ ਜਣੇ ਦੀ ਕਮਾਈ ਕਿੱਥੇ ਵਰਤ ਗਏ, ਤੇ ਇਕੱਲੇ ਜਣੇ ਦੀ ਨਹੀਂ ਫਿਰ ਕਮਾਈ ਸੂਤਰ ਆਉਂਦਾ, ਫਿਰ ਤੁਹਾਨੂੰ ਪਤਾ ਹੀ ਆ ਇਕੱਲੇ ਦੀ ਕਿੱਥੇ ਕਿੱਥੇ ਵਰਤੇ, ਸਭ ਕੁਛ ਮੁੱਲਦਾ। ਅੱਛਾ ਮੇਰਿਆਂ 'ਚ ਆਪਦੀ ਪਰਿਵਾਰ 'ਚ ਆਪਦੇ ਤੁਰੀ ਫਿਰੇ। ਪ੍ਰੇਮ ਸਿੰਘ ਨਾਮ ਮੇਰਾ ਵੀਰ ਜੀ। ਇਹ ਭੈਣ ਮੰਜੇ 'ਤੇ ਪਈ ਹੈ, ਇਸ ਕਰਕੇ ਵੀ ਇਹ ਗਰੀਬੀ ਦੇ ਕਾਰਨ ਪਈ ਹੈ। ਅੱਛਾ ਜੀ, ਅਤੇ ਕਿੰਨੇ ਚਿਰ ਤੋਂ ਪਏ ਮੰਜੇ 'ਤੇ? 7-8 ਸਾਲ ਹੋ ਗਏ ਆ। ਇਹ ਪੇਕੇ ਘਰ ਰਹਿ ਕੇ ਸਕਦਾ? ਨਹੀਂ, ਇਹ ਪੇਕੇ ਘਰ ਰਹਿ। ਅਤੇ ਇਹਨਾਂ ਦਾ ਦਵਾਈ ਦੇਖਣੋਂ ਇੱਦਾਂ ਮੰਜੇ 'ਤੇ ਪਿਆ, ਇਹਨਾਂ ਦਾ ਇਲਾਜ ਹੋ ਜੇ ਤਾਂ ਬਹੁਤ ਵਧੀਆ ਗੱਲ ਆ। ਬਾਕੀ ਕਿਸੇ ਸੰਸਥਾ ਵੱਲੋਂ ਜਾਂ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਰਾਸ਼ਨ ਮੁਹੱਈਆ ਕਰਵਾਇਆ? ਨਹੀਂ ਭਾਅ ਜੀ, ਕਿਸੇ ਵੱਲੋਂ ਨਹੀਂ ਹੋਇਆ। ਅੱਛਾ ਜੀ, ਇਹ ਬਸ ਇਹੋ ਹੀ ਆ ਕਿ ਆਪਦਾ ਜੋ 300 ਰੁਪਈਆ ਦਿਹਾੜੀ ਲਿਆਉਂਦਾ, ਵਿੱਚੋਂ ਦਵਾਈ ਵੀ ਦਵਾਉਂਦਾ ਅਤੇ ਘਰ ਦਾ ਰੁਜ਼ਗਾਰ ਵੀ ਚਲਾਉਂਦੇ ਆ। ਤੁਸੀਂ ਇਹਨਾਂ 'ਤੇ ਕੀ ਲੱਗਦੇ ਜੋ? ਹਾਂਜੀ, ਮੈਂ ਇਹਨਾਂ ਦਾ ਗਵਾਂਢੀ ਹਾਂ। ਕਿਸ ਤਰ੍ਹਾਂ ਦੀ ਜਿਹੜੀ ਉਹ ਮੰਗ ਕਰਦੇ ਜੋ? ਮੈਂ ਇਹਨਾਂ ਵੀ ਇਹਦਾ ਇਲਾਜ ਹੋ ਜੇ ਵਧੀਆ, ਆਪਦੇ ਪਰਿਵਾਰ 'ਚ ਤੁਰੀ ਫਿਰੇ ਵਿਚਾਰੀ।